ਸਤਿ ਸ਼੍ਰੀ ਅਕਾਲ ਜੀ ਕਿਵੇਂ ਮੇਰੀ ਸਾਰੀ YouTube ਫੈਮਿਲੀ ਫਰੈਂਡ ਉਮੀਦ ਕਰਦੇ ਹਾਂ ਕਿ ਤੁਸੀਂ ਠੀਕ ਹੋਵੋਗੇ ਤੇ ਅੱਜ ਆਪਾਂ ਮੈਂ ਰਾਤ ਨੂੰ ਵਲੋਗ ਸਟਾਰਟ ਕਰ ਰਹੀ ਹਾਂ ਇੱਥੇ ਦੇਖੋ ਲੱਗ ਰਹੀ ਹਾਂ ਮੈਂ ਕੱਪੜੇ ਧੋਣ ਕਿੰਨੇ ਕੱਪੜੇ ਦੇਖੋ ਮੇਰੇ ਹੋਏ ਪਏ ਸੀਗੇ ਤੇ ਦਿਨ ਹੈ ਗਿਆ ਇਹ ਸੈਚਰਡੇ ਦਾ ਹੈਨਾ ਸ਼ਨੀਵਾਰ ਦਾ ਦਿਨ ਹੈ ਇਹ ਮੈਂ ਸ਼ਾਮ ਨੂੰ ਹੀ ਕੱਪੜੇ ਧੋਲੇ ਪਹਿਲਾਂ ਤਾਂ ਮੇਰੀ ਸਲਾਹ ਹੀ ਹੈ ਨਹੀਂ ਸੀਗੀ ਠੰਡ ਜੀ ਲੱਗੀ ਜਾਂਦੀ ਸੀਗੀ ਮੈਂ ਰਮਨੀਤ ਦੇ ਡੈਡੀ ਨੂੰ ਕਿਹਾ ਮੈਂ ਕਿਹਾ ਨਾ ਕੱਪੜੇ ਕਾਫੀ ਧੋਣ ਵਾਲੇ ਹੋਏ ਪਏ ਨੇ ਵੀ ਮੈਂ ਚਲੋ ਸਵੇਰੇ ਧੋਵਾਂ ਹਨਾ ਵੀ ਮੈਂ ਇਸ ਵੀਕ ਕ ਮੈਂ ਸੋਚੀ ਜਾਂਦੇ ਵੀ ਮੈਂ ਸ਼ਾਮ ਨੂੰ ਧੋਲਾਂ ਫਿਰ ਰਮਨੀਤ ਦੇ ਡੈਡੀ ਨੇ ਕੀ ਕਰਿਆ ਨਾਲ ਦੀ ਨਾਲ ਮਸ਼ੀਨ ਕੱਢ ਕੇ ਫੜਾਫੜ ਪਾਈਪ ਉਹਨਾਂ ਨੇ ਲਗਾਤਾ ਮਸ਼ੀਨ ਦੇ ਵਿੱਚ ਤੇ ਫਿਰ ਮੇਰੇ ਤੇ ਹਿੰਮਤ ਜੀ ਆ ਗਈ ਕੁਛ ਨਾ ਇਨਕੀ ਸਬਜੀ ਆਪਣੀ ਦੁਪਹਿਰ ਦੀ ਬਣੀ ਪਈ ਸੀਗੀ ਤੇ ਆਟਾ ਗੁੰਨ ਕੇ ਸਿਰਫ ਰੋਟੀਆਂ ਲਾਉਣੀਆਂ ਸੀਗੀਆਂ ਫਿਰ ਮੈਂ ਜਿਹੜਾ ਫਸਟ ਗੇੜਾ ਹੁੰਦਾ ਆਪਣਾ ਹੈ ਨਾ ਉਹ ਕੱਪੜੇ ਪਾ ਕੇ ਨਾਲ ਦੀ ਨਾਲ ਮੈਂ ਰੋਟੀ ਵੀ ਲਾਤੀ ਸੀਗੀ ਤੇ ਫਿਰ ਸਾਨੂੰ ਸਿਰਫ ਦੋ ਦੋ ਰੋਟੀਆਂ ਖਾਦੀ ਸੀਗੀ ਦੋ ਮੈਂ ਖਾਦੀਆਂ ਸੀਗੀਆਂ ਦੋ ਰਮਨੀਤ ਦੇ ਡੈਡੀ ਨੇ ਹੈ ਨਾ ਬੱਚੇ ਮੰਮੀ ਕੰਨੀ ਹੋ ਰਹੇ ਗਏ ਹੋਏ ਸੀਗੇ ਤੇ ਫਿਰ ਉਹਨਾਂ ਨੇ ਚਲੋ ਉਦਰੀ ਰੋਟੀ ਇੱਕ ਪਾਣੀ ਖਾ ਲਿਆ ਸੀਗਾ ਐ ਹੋ ਗਿਆ ਸੀਗਾ ਤੇ ਮਿਰਚ ਨੇ ਇੰਨੀ ਸਾਰੀ ਹਿੰਮਤ ਜੀ ਆ ਗਈ ਫਿਰ ਵੀ ਹਨ ਇੱਕ ਹੋ ਜਾਂਦਾ ਨਾ ਵੀ ਜਦੋਂ ਆਪਾਂ ਵੀਕਤ ਆਪਣੀ ਸਲਾਹ ਜੀ ਕਰਦੀ ਕਰਦੇ ਰਹਿੰਨੇ ਕਿ ਤੇਆ ਹੁੰਦਾ ਵੀ ਫੜ ਜਾਣੀ ਸਲਾਹ ਨਾ ਕਰੋ ਵੀ ਖੰਮ ਕਰ ਲਓ ਹਨ ਐ ਹੋ ਗਿਆ ਰਮਨੀ ਤੇ ਡੈਡੀ ਨੇ ਫਟਾਫਟ ਮਸ਼ੀਨ ਲਗਾਤੀ ਉਹਨਾਂ ਨੇ ਤੇ ਚਲੋ ਜੀ ਮਿਰਚ ਵੀ ਫਿਰ ਸ਼ਕਤੀਮਾਨ ਜਿੰਨੀ ਫਿਰ ਤਾਕਤ ਜੀ ਆ ਗਈ ਸੀਗੀ ਕੱਪੜੇ ਧੋਂਦੀ ਕੱਪੜੇ ਧੋਂਦੇ ਬਿਲਕੁਲ ਵੀ ਮੈਨੂੰ ਠੰਡ ਬਿਲਕੁਲ ਵੀ ਨਹੀਂ ਲੱਗ ਰਹੀ ਸੀਗੇ ਪਰ ਮੈਂ ਮੋٹے ਚਲੋ ਕੱਪੜੇ ਪਾਏ ਹੋਏ ਸੀਗੇ ਮੈਨੂੰ ਪਤਾ ਕਈ ਵਾਰੀ ਹਨਾ ਵੀ ਚਲੋ ਅੰਦਰ ਬਾਹਰ ਜਾਣਾ ਪਿਆ ਅੰਦਰ ਬਾਹਰ ਮਤਲਬ ਕਿ ਆਪਣੇ ਉਧਰਲੇ 베ੜੇ ਚ ਜਾਣਾ ਪਿਆ ਜਾਂਦਾ ਹੈਣਾ ਕਈ ਵਾਰੀ ਗੇਟ ਗੁੱਟ ਖੋਲਣ ਲਈ ਆ ਇਸ ਕਰਕੇ ਵੀ ਮੈਨੂੰ ਐਵੇਂ ਵੀ ਥੋੜਾ ਕਿ ਮੈਂ ਬਚਾਵਾ ਆਪਣਾ ਜ਼ਿਆਦਾ ਰੱਖਦੀ ਆ ਬਿਮਾਰ ਹੋਣ ਤੋਂ ਫਿਰ ਐ ਡਰ ਲੱਗਦਾ ਹੈਣਾ ਵੀ ਚਾਹੇ ਠੰਡ ਲੱਗੇ ਚਾਹੇ ਨਾ ਲੱਗੇ ਵੀ ਆਪਾਂ ਨੇ ਆਪਣਾ ਜੋਸ਼ ਨਹੀਂ ਦਿਖਾਉਣਾ ਹੈਗਾ ਵੀ ਚਲੋ ਹੈਨਾ ਵੀ ਮੌਸਮ ਦੇ ਹਿਸਾਬ ਨਾਲ ਕੱਪੜੇ ਲੇੜੇ ਪਾਉਣੇ ਚਾਹੀਦੇ ਨੇ ਪਰ ਮੈਂ ਤਾਂ ਕਿ ਨਾ ਸੋਚ ਰਹੀ ਆ ਵੀ ਕਿ ਮੈਂ ਵੀ ਜਰਾਬਾ ਤਾਂ ਚਲੋ ਪਾ ਲਾਂਗੀ ਵੀ ਕਿ ਮੈਂ ਟੋਪੀ ਨਹੀਂ ਪਾਉਂਦੀ ਹੈਗੀ ਪਹਿਲਾਂ ਮੈਂ ਕੀ ਕਰਦੀ ਹੁੰਦੀ ਸੀਗੀ ਵੀ ਠੰਡ ਸ਼ੁਰੂ ਹੋਣ ਤੋਂ ਪਹਿਲਾਂ ਹੀ ਯਾਨਕਿ ਇਹ ਇਹ ਜੇ ਦਿਨਾਂ 'ਚ ਮੈਂ ਟੋਪੀ ਪਾਣੀ ਸ਼ੁਰੂ ਕਰ ਦਿੰਦੀ ਸੀਗੀ ਤੇ ਫਿਰ ਟੋਪੀ ਜੇ ਆਪਾਂ ਇੱਕ ਵਾਰੀ ਪਾ ਲੰਨੇ ਫਿਰ ਲਾਹੀ ਨਹੀਂ ਜਾਂਦੀ ਹੈਗੀ ਫਿਰ ਜਿੰਨੀ ਕਿ ਵੀ ਜਦੋਂ ਤੱਕ ਟੋਪੀ ਫਿਰ ਆਪਣਾ ਲੈ ਕੇ ਰੱਖਦੇ ਉਦੋਂ ਤੱਕ ਆਪਾਂ ਨੂੰ ਵਧੀਆ ਲੱਗਦਾ ਜੇ ਲਾ ਦਿੰਦੇ ਆ ਫਿਰ ਠੰਡ ਜ਼ਿਆਦਾ ਲੱਗ ਲਾਈ ਜਾਂਦੀ ਹੈ ਇਸ ਕਰਕੇ ਮੈਂ ਸੋਚਿਆ ਵੀ ਐਤ ਕਿ ਮੈਂ ਟੋਪੀ ਨਹੀਂ ਲੈਣੀ ਹੈਗੀ ਵੀ ਦੇਖਦੇ ਆ ਵੀ ਕਿੰਨੀ ਕ ਠੰਡ ਲੱਗਦੀ ਹੈ ਵੀ ਜਿੰਨੀ ਆਪਾਂ ਠੰਡ ਮੰਨਦੇ ਆ ਨਾ ਉਨੀਆਂ ਲੱਗਦੀ ਹੁੰਦੀ ਹੈ ਤੇ ਚਲੋ ਜੀ ਇੱਥੇ ਨਾ ਮੈਂ ਬੂਟ ਵਗੈਰਾ ਧੋਤੇ ਸੀਗੇ ਸਾਰੇ ਕੱਪੜੇ ਮੈਂ ਧੋਤੇ ਕੱਪੜੇ ਵੀ ਕੀ ਕੱਪੜੇ ਸੀਗੇ ਮੇਰੇ ਪੂਰੇ ਹਫਤੇ ਦੇ ਕੱਪੜੇ ਹੋਏ ਪਏ ਸੀਗੇ ਧੋਣ ਵਾਲੇ ਤੇ ਫਿਰ ਮੈਂ ਚਲੋ ਰਮਣੀਤੇ ਦੇ ਡੈੜੀਆਂ ਦੇ ਮੇਰੇ ਬੂਟ ਵੀ ਧੋ ਦੇਣਾਂ ਤੇ ਉਹਨਾਂ ਦੇ ਕੰਮ ਵਾਲੇ ਬੂਟ ਸੀ ਉਹ ਧੋਤੇ ਇੱਕ ਜੋੜੀ ਧੋਤੀ ਐ ਪੈਸੇ ਉਹਨਾਂ ਨੇ ਦੂਜੀ ਵੀ ਧਵਾਉਣੀ ਸੀਗੀ ਪਰ ਉਹਨਾਂ ਨੇ ਸਵੇਰੇ ਕੰਮ ਤੇ ਜਾਣਾ ਸੀਗਾ ਫਿਰ ਸੁੱਕਣ ਹੀ ਨਹੀਂ ਸੀਗੇ ਹੈਨਾ ਸ਼ਾਮ ਨੂੰ ਕੱਪੜੇ ਧੋਣ ਦਾ ਮੈਨੂੰ ਇਹ ਫਾਇਦਾ ਹੋ ਜਾਂਦਾ ਦੇਖੋ ਵੀ ਸ਼ਾਮ ਨੂੰ ਨਾ ਮੈਂ ਜਦੋਂ ਕੱਪੜੇ ਧੋ ਕੇ ਹਟਦੀਆਂ ਰੈਸਟ ਹੋ ਜਾਂਦੀਆਂ ਰਾਤ ਨੂੰ ਹੈਨਾ ਰਾਤ ਨੂੰ ਆ ਪਰਜਾਈਆਂ ਚ ਪੈ ਜੰਨੇ ਹੁੰਨੇ ਆ ਰਾਤ ਨੂੰ ਬੱਸ ਮੈਨੂੰ ਥੋੜਾ ਜਿਹਾ ਇਹ ਹੋ ਜਾਂਦਾ ਕੱਪੜੇ ਧੋਂਦਾ ਫਾਇਦਾ ਬਹੁਤ ਹੋ ਜਾਂਦਾ ਤੇ ਸਵੇਰੇ ਹੁਣ ਮੈਨੂੰ ਬਿਲਕੁਲ ਵੀ ਟੈਨਸ਼ਨ ਨਹੀਂ ਹੈਗੀ ਆਪਣੇ ਕੱਪੜੇ ਆਦੀ ਵੀ ਮੈਂ ਚਲੋ ਸੁੱਕਣੇ ਲਾ ਦਵਾਂਗੀ ਸਵੇਰੇ ਹੋਰ ਕੋਈ ਜ਼ਿਆਦਾ ਨਹੀਂ ਮੈਨੂੰ ਟੈਨਸ਼ਨ ਹੋਗੀ ਸਿਰਫ ਸੁੱਕਣੇ ਲਾਉਣੇ ਹੋਣਗੇ ਨਹੀਂ ਤਾਂ ਮੈਂ ਅਗਰ ਜੇ ਮੈਂ ਯਾਨੀ ਕਿ ਸਵੇਰੇ ਧੋਂਦੀ ਤਾਂ ਕੱਲੂ ਜਿਵੇਂ ਸੰਡੇ ਮੇਰਾ ਸਾਰਾ ਦਿਨ ਸੰਡੇ ਦਾ ਕੀ ਹੈ ਸੰਡੇ ਦਾ ਮੇਰਾ ਤਾਂ ਬੱਸ ਹੋਏ ਹੋਰ ਕੀ ਕਹਿੰਦੇ ਹੁੰਦੇ ਨੇ ਸੰਡੇ ਦਾ ਫੰਡੇ ਹੋ ਜਾਂਦਾ ਹੈ ਨਾ ਸਾਰਾ ਦਿਨ ਕੱਪੜਿਆਂ ਚ ਲੰਘ ਜਾਂਦਾ ਪਹਿਲਾਂ ਦੇਖੋ ਉਹਨਾਂ ਨੂੰ ਧੋ ਫਿਰ ਸੁਕਾ ਕੇ ਆਓ ਫਿਰ ਦੁਬਾਰੇ ਲੈ ਕੇ ਆਓ ਹੈਨਾ ਸਾਰਾ ਦਿਨ ਕੱਪੜਿਆਂ ਚ ਲੰਘ ਜਾਂਦਾ ਤੇ ਕਿ ਮੈਨੂੰ ਸਵੇਰੇ ਫਿਰ ਮੈਨੂੰ ਸੰਡੇ ਨੂੰ ਯਾਨੀ ਕਿ ਅਗਲੇ ਦਿਨ ਨਾ ਨਜ਼ਾਰਾ ਆਇਆ ਮੈਂ ਲੇਟ ਉੱઠી ਸੀਗੀ ਰਮਨੀਤ ਤੇ ਡੈਡੀ ਨੇ ਕੰਮ ਤੇ ਜਾਣਾ ਸੀਗਾ ਪਰ ਆਪਣਾ ਚਾਹ ਪਾਣੀ ਪੀ ਕੇ ਚਲੇ ਗਏ ਸੀਗੇ ਕੰਮ ਤੇ ਚੰਦ ਮੈਂ ਰੋਟੀ ਪਤਾ ਨਹੀਂ ਉਹਨਾਂ ਨੂੰ ਲਾ ਕੇ ਦਿੱਤੀ ਸੀ ਕਿ ਨਹੀਂ ਮੈਂ ਭੁੱਲ ਗਈ ਤੇ ਪਰ ਹਨਾ ਨਹੀਂ ਲਾ ਕੇ ਦਿੱਤੀ ਸੀਗੇ ਆਪਣੇ ਰਾਤ ਦੀਆਂ ਰੋਟੀਆਂ ਪਈਆਂ ਸੀਗੀਆਂ ਨਾ ਉਹ ਹੀ ਖਾ ਕੇ ਚਲੇ ਗਈ ਸੀਗੇ ਐਂ ਤਾਂ ਚਲ ਵਿਚਾਰੇ ਬਹੁਤ ਵਧੀਆ ਨਰਮ ਨਹੀਂ ਹਿੱਦੇ ਰੈਡੀ ਪਰ ਮੈਂ ਲੇਟ ਉੱઠી ਸੀਗੀ ਹਨਾ ਤੇ ਕਿਉਂਕਿ ਉਹਨਾਂ ਨੇ ਕੰਮ ਥੋੜਾ ਹੀ ਸੀਗਾ ਜਿਆਦਾ ਨਹੀਂ ਹੈਗਾ ਸੀਗਾ ਉਹਨਾਂ ਦਾ ਕੰਮ ਯਾਨਕੀ 2-3 ਘੰਟਿਆਂ ਦਾ ਸੀਗਾ ਤੇ ਇੱਥੇ ਦੇਖੋ ਆਪਣੇ ਰਾਤ ਨੂੰ ਆਗੇ ਸੀਗੇ ਚੋਰ ਆ ਦੇਖੋ ਚੋਰੀ ਕੀ ਕਰਨ ਆਏ ਸੀਗੇ ਰੀਲ ਲੈਣ ਆਏ ਸੀਗੇ ਦੇਖੋ ਯਾਰ ਰਾਤ ਨੂੰ ਮੇਰੇ ਘਰੇ ਵੀ ਮੇਰੇ ਘਰੇ ਰੀਲਾਂ ਦੀ ਦੁਕਾਨ ਹੈ ਰੀਲ ਲੈਣ ਆਏ ਸੀਗੇ ਗੇਟ ਖੜਕਾਇਆ ਇਹਨਾਂ ਨੇ ਮੈਂ ਡਰ ਗਈ ਮੈਨੂੰ ਕਹੇ ਪਤਾ ਨਹੀਂ ਕੌਣ ਆਇਆ ਤੇ ਕਹਿੰਦਾ ਗੇਟ ਖੋਲ ਮੇਰੇ ਕੋਲ ਅ ਤੱਕ ਡਰ ਗਈ ਮੈਂ ਕਹੇ ਪਤਾ ਨਹੀਂ ਕੀ ਗੱਲ ਹੋ ਗਈ ਜਿਹੜਾ ਇੰਨੀ ਰਾਤ ਨੂੰ ਆਏ ਨੇ ਇਹ ਅੱਗੇ ਕਦੇ ਵੀ ਰਾਤ ਨੂੰ ਨਹੀਂ ਆਉਂਦੇ ਹੈਗੇ ਇਹ ਫੋਨ ਫੋਨ ਕਰ ਲੈਂਦੇ ਨੇ ਸ਼ਾਇਦ ਇਹਨਾਂ ਨੇ ਫੋਨ ਕਰਿਆ ਹੋਣਾ ਪਰ ਮੈਨੂੰ ਪਤਾ ਨਹੀਂ ਚੱਲਿਆ ਤੇ ਰਮਣੀਤ ਦੇ ਡੈਡੀ ਖੰਗਾੜੇ ਮਾਰ ਕੇ ਸੋ ਰਹੇ ਸੀਗੇ ਫਿਰ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਅੱਜ ਰੋਲਾ ਬਿਲਕੁਲ ਵੀ ਨਾ ਪਾਓ ਮਖਾ ਜੇ ਉੱਠ ਖੜੇ ਨਾ ਇਹਨਾਂ ਨੂੰ ਵਿਚਾਰਿਆਂ ਨੂੰ ਫਿਰ ਮੁੜ ਕੇ ਨੀਂਦ ਨਹੀਂ ਆਉਣੀ ਹੈਗੀ ਸਾਰੀ ਰਾਤ ਨੂੰ ਫਿਰ ਪਟਕਦੇ ਫਿਰਦੇ ਰਹਿੰਦੇ ਨੇ ਕਦੇ ਫਲੈਸ਼ 'ਚ ਵੜਗੇ ਕਦੇ ਫੋਨ ਦੇਖ ਲਿਆ ਕਦੇ ਕੀ ਕਰ ਲਿਆ ਕਦੇ ਕੀ ਕਰ ਲਿਆ ਐ ਹੋ ਜਾਂਦਾ ਤੇ ਫਰੈਂਡ ਇਹ ਹੈਗਾ ਨੈਕਸਟ ਡੇ ਤੇ ਮੈਂ ਕਰ ਰਹੀ ਹਾਂ ਇੱਥੇ ਹਾਂ ਸਲਵਾਰ ਕਟਿੰਗ ਕਰ ਰਹੀਆਂ ਹਾਂ ਜੀ ਮੈਂ ਇੱਥੇ ਸਲਵਾਰ ਕਟਿੰਗ ਕਰ ਰਹੀਆਂ ਹਾਂ ਉਸ ਜਿੰਨ ਕੇ ਇਹ ਹੈਗਾ ਮੰਡੇ ਦਾ ਹਾਂਜੀ ਮੰਡੇ ਦਾ ਵਲੋਗ ਹੈ ਇਹ ਤੇ ਮੈਂ ਕਰ ਰਹੀਆਂ ਇੱਥੇ ਸਲਵਾਰ ਕਟਿੰਗ ਆਪਾਂ ਨੇ ਸੋੜ ਦੇਣਾ ਸੀਗਾ ਇਹਦੀ ਸ਼ਰਟ ਸਟਿਚ ਹੋਈ ਪਈ ਐ ਸਲਵਾਰ ਰਹਿੰਦੀ ਐ ਦੋ ਸਲਵਾਰਾਂ ਮੈਂ ਫੜਾਫੜ ਕਟਿੰਗ ਕਰਕੇ ਦੇਣੀ ਸੀ ਕਿਉਂਕਿ ਇਹ ਸੂਟ ਅੱਜ ਜਾਣੇ ਨੇ ਤੇ ਜਦ ਤੱਕ ਫਿਰ ਸਲਵਾਰਾਂ ਵਾਲੀ ਨਹੀਂ ਸਲਵਾਰ ਬਣਾਉਂਗੇ ਫਿਰ ਉਹ ਸੂਟ ਆਪਣੇ ਕੰਪਲੀਟ ਨਹੀਂ ਹੋਣਗੇ ਕੁਛ ਉਹਨਾਂ ਨੇ ਕਹਿਤਾ ਸੀਗਾ ਕਿ ਮੈਨੂੰ ਪਹਿਲਾਂ ਹੀ ਸਲਵਾਰਾਂ ਕੱਟ ਕੇ ਦੇ ਦਿਓ ਟਾਈਮ ਤੋਂ ਪਹਿਲਾਂ ਨਹੀਂ ਤਾਂ ਫਿਰ ਬਨਨੀਆਂ ਨਹੀਂ ਹੈਗੀਆਂ ਹੈਨਾ ਤੇ ਫਿਰ ਰਾਤ ਮੈਂ ਭੁੱਲ ਕੇ ਬੈ ਗਈ ਲਾਈਨਿੰਗ ਜਦੋਂ ਕੱਪੜੇ ਧੋਰੀ ਸੀਗੀ ਮੈਂ ਤੇ ਲਾਈਨਿੰਗ ਰੱਖ ਕੇ ਭੁੱਲ ਗਈ ਸੀਗੀ ਮੈਂ ਤੇ ਫਿਰ ਹੁਣ ਉਹ ਸਵੇਰੇ ਕੱਪੜਿਆ ਪਹਿਲਾਂ ਜਿਹੜੇ ਤੋਤੇ ਸੀਗੇ ਉਹ ਖਲਾਰਾ ਚੱਕਿਆ ਮੈਨੇ ਹਨਾ ਸੁੱਕ ਗਏ ਸੀਗੇ ਜਿਹੜੇ ਕੱਪੜੇ ਫੇਰ ਕਿਤੇ ਜਾ ਕੇ ਮੈਨੂੰ ਡਰੋਲ ਦੇ ਵਿੱਚ ਰੱਖ ਕੇ ਭੁੱਲ ਗਈ ਸੀਗੀ ਮੈਂ ਲਫਾਫਾ ਲਾਈਨਿੰਗ ਦਾ ਐ ਹੋ ਗਿਆ ਸੀਗਾ ਤੇ ਚਲੋ ਜੀ ਫਿਰ ਮੈਂ ਇੱਥੇ ਹੁਣ ਸਲਵਾਰਾ ਕੱਟ ਲਏ ਨੇ ਦੋ ਸਲਵਾਰਾ ਮੈਂ ਕੱਟ ਤੀਆਂ ਤੇ ਇੱਥੇ ਹੁਣ ਰਮਨੀਤ ਦੇ ਡੈਡੀ ਨੇ ਜਾਣਾ ਸੌਰੀ ਜਾਣਾ ਨਹੀਂ ਜਾ ਕੇ ਹਾਂ ਜਾਣਾ ਸੀਗਾ ਉਹਨਾਂ ਨੇ ਵੈਸੇ ਇੱਕ ਢੇੜਾ ਲਾਇਆ ਹੀ ਸੀਗੇ ਕੰਮ ਤੇ ਉਹ ਤੇ ਹੁਣ ਉਹਨਾਂ ਦਾ ਦੁੱਖ ਰਹਾ ਸੀਗਾ ਸਿਰ ਤੇ ਉਹ ਗਏ ਨੇ ਹੁਣ ਰੀਲਾਂ ਵਗੈਰਾ ਲੈਣ ਮੈਂ ਕਹਿੰਨਾ ਤੁਸੀਂ ਰੀਲਾਂ ਲੈ ਕੇ ਆਓ ਤੇ ਐਨੇ ਮੈਂ ਤੁਹਾਡੇ ਲਈ ਚਲੋ ਚਾਹ ਰੱਖ ਦਨੀ ਆ ਇੱਥੇ ਮੈਂ ਪਹਿਲਾਂ ਸਮਾਰ ਕੇ ਅਦਰਕ ਪਕਾ ਲਿਆ ਸੀਗਾ ਅਦਰਕ ਪਕਾ ਕੇ ਚਾਹ ਦੇ ਚ ਪਾਣੀ ਚ ਤੇ ਫੇਰ ਆਪਾਂ ਨੇ ਖੰਡ ਅ ਹੋਰ ਕੀ ਪਾਇਆ ਸੀ ਮੈਂ ਭੁੱਲ ਗਈ ਕੀ ਸੀ ਅ ਸ਼ੱਕਰ ਹਾਂ ਸ਼ੱਕਰ ਤੇ ਖੰਡ ਬਾਅਦ ਚ ਪਾਏ ਸੀਗੇ ਮੈਨੇ ਇਹ ਤੇ ਹੁਣ ਆਪਾਂ ਇਹਨੂੰ ਘੱਟ ਗੈਸ ਕਰਕੇ ਸਮਾਰ ਕੇ ਰਾੜਾਂਗੇ ਹਨ ਵਧੀਆ ਜੀ ਤੇ ਫੇਰ ਆਪਾਂ ਇਹ ਚ ਦੁੱਧ ਪਾਵਾਂਗੇ ਹਨਾ ਤੇ ਇੱਥੇ ਰਮਣੀਤ ਦੇ ਡੈਡੀ ਨੂੰ ਮੈਂ ਐ ਵੈਸ ਸਲਵਾਰਾ ਸਲੂਰਾ ਮੈਂ ਕਹਤਾ ਸੀਗਾ ਮੈਂ ਚਾਹ ਤੁਹਾਨੂੰ ਬਾਅਦ ਚ ਹੀ ਪਿਾਵਾਂਗੀ ਪਹਿਲਾਂ ਤੁਸੀਂ ਸਲਵਾਰ ਦੇ ਕੇ ਆਓ ਆਰਾਮ ਨਾਲ ਫਿਰ ਆਪਾਂ ਦੋਨੇ ਜਣੇ ਬਹਿ ਕੇ ਚਾਹ ਪੀਵਾਂਗੇ ਤੇ ਇੱਥੇ ਸਾਡੀ ਹੋ ਗਈ ਹੈ ਚਾਹ ਰੈਡੀ ਮੈਂ ਆਪਣੇ ਲਈ ਥੋੜੀ ਜਿਹੀ ਬਣਾਈ ਸੀਗੀ ਮੈਨੂੰ ਹਲੇ ਮੈਂ ਕਿ ਆਲੂ ਵਾਲੇ ਪਰੌਂਠੇ ਬਣਾਏ ਸੀਗੇ ਜਿਵੇਂ ਅੱਜ ਸੋਮਵਾਰ ਦੇ ਦਿਨ ਹਨਾ ਤੇ ਉਹਦੇ ਕਰਕੇ ਨਾ ਕਿ ਡਬੋ ਪਰਿਆ ਪਰਿਆ ਪਿਆ ਸੀਗਾ ਤੇ ਕੁਛ ਮੈਂ ਕਿਹਾ ਮੈਂ ਕਿਹਾ ਚੱਲ ਮੈਂ ਕਿਹਾ ਤਾਂ ਦੋ ਕੁੱਟ ਲਾਵਾਂਗੇ ਆਪਣੀ ਚਾਹ ਦੀ ਮੈਂ ਜ਼ਿਆਦਾ ਨਹੀਂ ਆਪਣੀ ਪੀਣੀ ਹੈਗੀ ਤੇ ਚਲੋ ਜੀ ਇੱਥੇ ਹੁਣ ਅਸੀਂ ਪੀ ਲੰਨੇ ਆ ਚਾਹ ਤੇ ਫਰੈਂਡ ਜਿਨ੍ਹਾਂ ਨੇ ਲਾਈਕ ਨਹੀਂ ਕੀਤੀ ਹੈਗੇ ਪਲੀਜ਼ ਵੀਡੀਓ ਨੂੰ ਲਾਈਕ ਕਰ ਦਿਓ ਤੇ ਵੀਡੀਓ ਨੂੰ ਪਲੀਜ਼ ਪੂਰਾ ਪੂਰਾ ਦੇਖਿਆ ਕਰੋ ਫੁੱਲ ਵਾਚ ਕਰਿਆ ਕਰੋ ਤੇ ਸ਼ੇਅਰ ਵੀਡੀਓ ਨੂੰ ਜ਼ਰੂਰ ਕਰਿਆ ਕਰੋ ਹੈਨਾ ਇੱਥੇ ਦੇਖੋ ਮੈਂ ਲਾਈਨਿੰਗ ਤੋਂ ਲਈ ਸੀ ਸਲਵਾਰਾ ਤੇ ਮੈਂ ਬਿਨਾ ਤੋਤੀ ਲਗਾਤੀ ਸੀਗੀ ਤੇ ਸ਼ਰਟ ਤੇ ਤਾਂ ਦੇਖੋ ਮੈਂ ਧੋਕੇ ਲਗਾਵਾਂਗੀ ਹੈਨਾ ਮੈਂ ਖਚੋਲੇ ਨੇ ਲਾਈਨਿੰਗ ਵਗੈਰਾ ਆਪਣੀ ਸੁੱਕੂਗੀ ਮੈਂ ਚਾਹ ਪੀ ਲਨੀ ਐ ਨਾਲੇ ਆਪਣੇ ਸਿਰ ਚ ਕਰ ਲਨੀਆ ਕੰਗੇ ਹਨਾ ਮੇਰੇ ਬਾਲ ਬਹੁਤ ਜ਼ਿਆਦਾ ਉਲਝੇ ਜੇ ਪਈ ਸੀਗੇ ਮੈਂ ਕਹਾਂ ਉਹ ਬਹੁਤ ਜ਼ਿਆਦਾ ਲੈਣਗੇ ਹੁਣ ਹਨਾ ਟੁੱਟਣਗੇ ਮੈਂ ਕਹਾਂ ਚਲੋ ਮੈਂ ਆਰਾਮ ਨਾਲ ਬੈ ਕੇ ਆਪਣਾ ਸੀਰ ਵਗੈਰਾ ਬਾਲਾਂਗੀ ਤੇ ਇੱਥੇ ਵੈਸੇ ਰਮਨੀਤ ਦੇ ਡਾੜੇ ਆਪਣਾ ਹਿਸਾਬ ਕਿਤਾਬ ਲਾ ਕੇ ਚਾਹ ਪੀ ਕੇ ਇੱਥੇ ਹੁਣ ਹੋ ਗਏ ਸੀਗੇ ਆਪਣੇ ਕੰਮ ਤੇ ਰਵਾਨਾ ਹਨਾ ਇੱਥੇ ਚੱਲਦੇ ਨੇ ਆਪਣੇ ਕੰਮ ਤੇ ਸਮਾਨ ਆਪਣਾ ਇਹਨਾਂ ਨੇ ਚੱਕ ਲਿਆ ਸਾਰਾ ਇਹਨਾਂ ਦਾ ਅੱਧੇ ਇੱਕ ਦਿਨ ਦਾ ਕੰਮ ਸੀਗਾ ਜੀ ਯਾਨਕੀ ਗਏ ਨੇ ਇਹ 12:00 ਵਜੇ ਤੇ ਸ਼ਾਮ ਨੂੰ ਮਨ ਲਗਾ ਤਾਂ 5:00 ਵਜੇ ਆ ਗਏ ਸੀਗੇ 4:30 5:00 ਵਜੇ ਆ ਕੀ ਸੀਗੇ ਅੱਧਿਕ ਦਿਹਾੜੀ ਦਾ ਇਹਨਾਂ ਦਾ ਕੰਮ ਸੀਗਾ ਤੇ ਬਸ ਇਹਨਾਂ ਦੇ ਜਾਣ ਤੋਂ ਬਾਅਦ ਫਿਰ ਮੇਰਾ ਕੰਮ ਯਾਨਕੀ ਡਿਊਟੀ ਮੇਰੀ ਲੱਗ ਗਈ ਸੀਗੀ ਸ਼ਾਨੂ ਨੂੰ ਲੈ ਕੇ ਆਣ ਦੀ ਸਕੂਲ ਦੀ ਫਿਰ ਮੈਂ ਫਟਾਫਟ ਆਪਣੇ ਕੰਮ ਨਵੇੜ ਗਾ ਬਹੁਤ ਯਾਨਕੀ ਘਰੇ ਨਾ ਜਦੋਂ ਕੱਪੜੇ ਥੁਲ ਜਾਂਦੇ ਨੇ ਨਾ ਉਹਨਾਂ ਨੂੰ ਸਮੇਟਣ ਦਾ ਕੰਮ ਬਹੁਤ ਜ਼ਿਆਦਾ ਹੋ ਯੰਦਾ ਅੱਜ ਸਾਰ ਨਾਲ ਪਹਿਲਾ ਮਹੀਨੇ ਨਾ ਵੀਡੀਓ ਨਹੀਂ ਮੈਂ ਸ਼ੂਟ ਕੀਤੀ ਹੈਗੀ ਸਾਰਾ ਇੱਧਰਲੇ ਦੋਨੇ ਕਮਰੇ ਮੇਰੇ ਕੱਪੜਿਆਂ ਦੇ ਭਰੇ ਪਏ ਸੀਗੇ ਤੇ ਉਹ ਕੱਪੜੇ ਚੱਕ ਕੇ ਫਿਰ ਕਿਤੇ ਮੈਂ ਕੰਮ ਕਰਨੇ ਲੱਗੀ ਸੀਗੀ ਅੱਜ ਹੈਨਾ ਜਿਹੜੀ ਲਾਈਨਿੰਗ ਮੈਂ ਭੁੱਲੀ ਬੈਠੀ ਸੀਗੀ ਨਾ ਉਹ ਵੀ ਮੈਨੂੰ ਐ ਸੀਗਾ ਵੀ ਅਸੀਂ ਕੱਪੜਿਆਂ ਦੇ ਵਿੱਚ ਨਾ ਮੇਰੀ ਰੂਲਰ ਹੀ ਹੋਵੇ ਕਿਉਂਕਿ ਕੱਪੜੇ ਰਾਤੀ ਜਿਹੜੇ ਅਸੀਂ ਰੱਖਤੇ ਸੀਗੇ ਆਪਾਂ ਨੇ ਕਿਤੇ ਉਹਨਾਂ ਚੋਂ ਨਾ ਲਫਾਫਾ ਰਹਿ ਗਿਆ ਹੋਵੇ ਕਿਉਂਕਿ ਜਦੋਂ ਮੈਂ ਕੱਪੜੇ ਥੋਰੀ ਸੀ ਨਾ ਰਮਣੀਤੇ ਦੇ ਡੈਡੀ ਉਦੋਂ ਹੀ ਲੈ ਕੇ ਆਏ ਸੀਗੇ ਲਾਈਨਿੰਗ ਇਸ ਕਰਕੇ ਤੇ ਚਲੋ ਜੀ ਫਰੈਂਡ ਹੁਣ ਉਹਨਾਂ ਦੇ ਜਾਣ ਤੋਂ ਬਾਅਦ ਮੇਰੇ ਚ ਬਸ ਫਿਰ ਐ ਹੋ ਗਿਆ ਸੀਗਾ ਵੀ ਸ਼ਾਨੂੰ ਨੂੰ ਮੈਂ ਲੈ ਕੇ ਆਉਣਾ ਮੇਰੇ ਇਥੇ ਘਰੇ ਵੀ ਬਹੁਤ ਜ਼ਿਆਦਾ ਗੰਦ ਜਾ ਪਿਆ ਪਿਆ ਤੇ ਕਸਟਮਰ ਵੀ ਆਉਣ ਆਉਣੇ ਸੀਗੇ ਹੈਨਾ ਮਨ ਕਾ ਬੁਰਾ ਲੱਗਦਾ ਮਨ ਕਾ ਚਲੋ ਮੈਂ ਅੱਜ ਮੈਂ ਪੋਚਾ ਲਗਾ ਦਨੀਆ ਪੋਚਾ ਮੈਂ ਇਥੇ ਮੈਂ ਦੋ ਵਰੀ ਲਾ ਰਹੀ ਆ ਇੱਕ ਵਰੀ ਪਹਿਲਾਂ ਨੇ ਮੈਨੇ ਯਾਨਕੀ ਸਟੈਂਡਿੰਗ ਪੋਚਾ ਲਾ ਲਿਆ ਸੀਗਾ ਉਸ ਤੋਂ ਬਾਅਦ ਉਹ ਨਾ ਦਾਗ ਜੇ ਥੋੜੇ ਜਿਹਾ ਕਿ ਜਿੱਦੀ ਜੇ ਹੋਏ ਪਏ ਸੀਗੇ ਉਹ ਜੋਰ ਜੇ ਲਾ ਕੇ ਉਹ ਹੋ ਰਹੇ ਸੀਗੇ ਮੈਂ ਕਿਹਾ ਚੱਲ ਮੈਂ ਹੱਥ ਨਾਲ ਹੀ ਲਾ ਦੰਨੀ ਆ ਇਸ ਕਰਕੇ ਮੈਂ ਹੱਥ ਨਾਲ ਲਗਾ ਰਹੀ ਆਂ ਦਵਾਰ ਤੋਂ ਪੋਚਾ ਹੈ ਨਾ ਤੇ ਚਲੋ ਜੀ ਇੱਥੇ ਮੈਂ ਹੁਣ ਨਾ ਨੂੰ ਕੇ ਵੀ ਆ ਗਈ ਆਂ ਦੇਖੋ ਫਟਾਫਟ ਕੰਮ ਨਿਵੇੜਿਆ ਮੈਨੇ ਕਿਉਂਕਿ ਟਾਈਮ ਉਹ ਜਿਹੜੀ ਸ਼ਾਨ ਦੀ ਡਿਊਟੀ ਉਹ ਮੇਰੀ ਹੋ ਗਈ ਨਾ ਇਸ ਕਰਕੇ ਮੈਨੂੰ ਐ ਸੀਗਾ ਵੀ ਕਸਟਮਰ ਕਿਤੇ ਉੱਤੋਂ ਦੀ ਉਹ ਨਾ ਆ ਜਾਣ ਤੇ ਇਧਰੋਂ ਟਾਈਮ ਵੀ ਨਾ ਹੋ ਜਾਵੇ ਹੈ ਨਾ ਯਾਨੀ ਸ਼ਾਨ ਨੂੰ ਲੈ ਕੇ ਆਉਣ ਦਾ ਇਸ ਕਰਕੇ ਵੀ ਮੈਂ ਚਲੋ ਆਪਣਾ ਰੈਡੀ ਰਹਿਣੀ ਆ ਵੀ ਜੇ ਅਗਰ ਜੇ ਕਸਟਮਰ ਆ ਵੀ ਗਏ ਤਾਂ ਮੈਂ ਉਹਨਾਂ ਨੂੰ 5 ਕਿ ਮਿੰਟ ਚ 10 ਕਿ ਮਿੰਟ ਬਿਠਾ ਆ ਕੇ ਫਿਰ ਆਪਣਾ ਚਲੋ ਸ਼ਾਨੂੰ ਨੂੰ ਮੈਂ ਲੈ ਆਵਾਂਗੀ ਅਗਰ ਜੇ ਉਹਨਾਂ ਨੇ ਫੋਨ ਕਰਤਾ ਫਿਰ ਉਹਨਾਂ ਨੂੰ ਮੈਂ 10 ਮਿੰਟ ਲਈ ਚਲੋ ਵੇਟ ਕਰਨ ਲਈ ਕਹਿ ਦਵਾਂਗੀ ਤੇ ਇੱਥੇ ਵੀ ਮੈਂ ਫਟਾਫਟ ਆਪਣੇ ਯਾਨਕੀ ਜ਼ਿਆਦਾ ਕੁਝ ਨਹੀਂ ਮੈਂ ਆਪਣੇ ਫੇਸ ਤੇ ਲਗਾਉਂਦੀ ਹੈਗੀ ਕੋਈ ਕਰੀਮ ਵਗੈਰਾ ਕੁਝ ਵੀ ਨਹੀਂ ਲਗਾਉਂਦੀ ਹੈਗੀ ਕਦੇ ਕਦੇ ਕੀ ਹੋਇਆ ਚਲੋ ਲਗਾ ਲੈਣੇ ਆ ਤੇ ਤੇ ਥੋੜਾ ਕਪਾ हेयर स्टाइल ਦਾ ਥੋੜਾ ਕ ਮੂਮ ਮਤਾ ਜਾ ਕਰ ਲੰਨੀ ਆ ਮੈਂ ਯਾਨਕੀ ਬਾਲਾ ਨੂੰ ਜ ਮੇਨ ਕੀ ਫੇਸ ਤੇ ਗਲੋ ਨਾ ਬਾਲਾ ਨਾਲ ਹੀ ਆਉਂਦਾ ਅਗਰ ਜੇ ਆਪਣੇ ਬਾਲਾ ਦਾ ਥੋੜਾ ਕੇ हेयर स्टाइल ਵੀ ਆਪਾਂ ਚੇਂਜ ਕਰ ਲੀਏ ਉਹਦੇ ਨਾਲ ਹੀ ਆਪਣੀ ਲੁੱਕ ਜੀ ਚੇਂਜ ਹੋ ਜਾਂਦੀ ਹੈ ਤੇ ਮੈਂ ਤਾਂ ਦੇਖੋ ਮੇਰਾ ਤਾਂ ਇੱਕੋ ਹੀ हेयर स्टाइल ਹੈ ਇਹੀ ਵਸ ਦੋ ਸੂਈਆਂ ਜੀ ਲਾ ਲੰਨੀ ਆ ਤੇ ਮੈਂ ਕਿਹਾ ਤਿਆਰ ਹੋ ਕੇ ਦੇਖੋ ਮੈਨੇ ਕਿੱਥੇ ਜਾਣਾ ਸੀਗਾ ਮੈਨੇ ਆਪਣੀ ਬੁਟੀਕ ਤੇ ਹੀ ਆਉਣਾ ਸੀਗਾ ਤੇ ਇੱਥੇ ਮੈਂ ਲੱਗ ਗਈਆਂ ਨਾਲ ਦੀ ਨਾਲ ਸੂਟ ਕਟਿੰਗ ਨੇ ਇੱਥੇ ਆਪਣੀ ਲਾਈਨਿੰਗ ਸੁੱਕ ਗਈ ਸੀਗੀ ਮੈਂ ਕਿਹਾ ਲੈ ਚਲੋ ਸ਼ਾਨੀ ਦਾ ਟਾਈਮ ਹੋ ਰਹਿਦਾ ਹਲੇ ਅੱਧਾ ਘੰਟਾ ਰਹਿੰਦਾ ਮੈਂ ਕਿਹਾ ਚਲੋ ਮੈਂ ਸੂਟ ਕਟਿੰਗ ਕਰ ਲੈਣੀ ਹੈ ਲਾਈਨਿੰਗ ਮੈਂ ਪਹਿਲਾਂ ਹੀ ਕਟਿੰਗ ਕਰ ਲਈ ਸੀਗੀ ਤੇ ਸਿਰਫ ਇੱਥੇ ਕੱਪੜੇ ਤੇ ਰਹਿ ਗਈ ਸੀਗੇ ਨਾ ਲਾਈਨਿੰਗ ਰੱਖ ਕੇ ਕੱਟਣ ਵਾਲੀ ਆ ਦੇਖੋ ਇੱਥੇ ਮੈਂ ਸਿਰਫ ਕੱਪੜਾ ਬਿਛਾ ਤੇ ਮੈਂ ਲਾਈਨਿੰਗ ਰੱਖ ਕੇ ਸ਼ਰਟ ਕਟਿੰਗ ਕਰ ਲਵਾਂਗੇ ਤੇ ਫਰੈਂਡ ਇੱਥੇ ਨਾ ਹੁਣ ਨਾ ਮੰਮੀ ਆ ਗਈ ਸੀ ਕਿ ਚੁੱਪਕੇ ਚੁੱਪਕੇ ਜੀ ਆਈ ਮੈਨੂੰ ਲੱਗ ਤਾਂ ਡਰ ਗਈ ਮੈਂ ਕਹਾਈ ਪਤਾ ਨਹੀਂ ਕੌਣ ਖੜਕਾ ਕਰੀ ਜਾਂਦਾ ਮੰਮੀ ਆਏ ਹੌਲੀ ਹੌਲੀ ਰਸੋਈ ਚ ਭਾਂਡੇ ਰੱਖਣ ਲੱਗ ਰਹੇ ਸੀਗੇ ਮੈਂ ਕਹਾਈ ਪਤਾ ਨਹੀਂ ਕੌਣ ਵੜ ਗਿਆ ਕੁਛ ਨਾ ਸਾਡੇ ਨਾ ਇਦਨ ਨਾ ਹੁਣ 3-4 ਦਿਨ ਹੋ ਗਏ ਲਗਾਤਾਰ ਚੋਰੀਆਂ ਹੋ ਰਹੀਆਂ ਨੇ ਚਾਕੂ ਦਿਖਾ ਕੇ ਹਨਾ ਯਾਨਕੀ ਪੈਸੇ ਕਢਵਾ ਕੇ ਲੈ ਜਾਂਦੇ ਨੇ ਹਨਾ ਚਾਕੂ ਦੀ ਨੋਕ ਤੇ ਐਵੇਂ ਕਹਿੰਦੇ ਨੇ ਚਾਕੂ ਦੇ ਨੋਕ ਦਿਖਾ ਕੇ ਪੈਸੇ ਲੈ ਗਏ ਮੈਂ 3-4 ਦਿਨ ਹੋ ਗਏ ਸਾਡੀ ਦੁਕਾਨਾਂ ਤੇ ਸਾਡੀ ਦੁਕਾਨਾਂ ਤਾਂ ਨਹੀਂ ਸਾਡੇ ਆਲੇ-ਦੁਆਲੇ ਜਿਹੜੇ ਹੈਗੇ ਨੇ ਨਾ ਉਹਨਾਂ ਦੇ ਹਨਾ ਇੰਨਾ ਡਰ ਜਾ ਲੱਗਦਾ ਤੇ ਹੁਣ ਮੈਨੂੰ ਐ ਹੀ ਹੋ ਗਿਆ ਮਖਾਈ ਕੋਣ ਸਾਡੇ ਅੰਦਰ ਵੜ ਗਿਆ ਕੋਣ ਸਾਡੀ ਲਮਾਰੀ ਤਾਂ ਨਹੀਂ ਖੋਲ ਰਿਆ ਹੋਊਗਾ ਕੋਈ ਹਨ ਫਿਲਹਾਲ ਸਾਡੀ ਲਮਾਰਜੇ ਤਾਂ ਦੇਖੋ ਕੁਝ ਵੀ ਨਹੀਂ ਹੈਗਾ ਇੰਨਾ ਡਰ ਜਾ ਲੱਗਦਾ ਫੇਰ ਵੀ ਹਨਾ ਯਾਨਕਿ ਮਰਨੇ ਤੋਂ ਬਹੁਤ ਜ਼ਿਆਦਾ ਡਰ ਲੱਗਦਾ ਮੈਨੂੰ ਐ ਹੋ ਰਿਹਾ ਸੀਗਾ ਤੇ ਹੁਣ ਤਾਂ ਪਤਾ ਨਹੀਂ ਕੀ ਗੱਲ ਹੋ ਰਹੀ ਐਨੀ ਲੁੱਟ ਕੋ ਐਨੀ ਚੋਰੀਆਂ ਹੋ ਰਹੀਆਂ ਨੇ ਸਾਡੇ ਵੱਲ ਤਾਂ ਬਹੁਤ ਜ਼ਿਆਦਾ ਡਰ ਲੱਗਦਾ ਹੈ ਨਾ ਬੈਠੇ ਬਿਠਾਏ ਮੋਟਰਸਾਈਕਲਾਂ ਦੇ ਫੋਨ ਖੋਲਣਦੇ ਨੇ ਕੁੜੀਆਂ ਦੇ ਕੋਲ ਜਾਂਦੇ ਹੋਏ ਦੇਖੋ ਸਾਡੇ ਇੱਥੇ ਰੋਡ ਤੇ ਬਹੁਤ ਜ਼ਿਆਦਾ ਕੁੜੀਆਂ ਦੇ ਨਾ ਫੋਨ ਖੋਖੋ ਕੇ ਲੈ ਜਾਂਦੇ ਨੇ ਤੇ ਬਹੁਤ ਜ਼ਿਆਦਾ ਹੁਣ ਤਾਂ ਡਰ ਜਾ ਲੱਗਦਾ ਪਤਾ ਨਹੀਂ ਕੀ ਬਣੂਗਾ ਆਪਣੇ ਪੰਜਾਬ ਦਾ ਹੈ ਨਾ ਯਾਨਕਿ ਲੋਕ ਮਿਹਨਤ ਕਰਦੇ ਨਹੀਂ ਹੈਗੇ ਨਸ਼ਿਆਂ ਵੱਲ ਤੁਰੇ ਫਿਰਦੇ ਨੇ ਕੰਮ ਧੰਦਾ ਕਰਨਾ ਨਹੀਂ ਹੈਗੇ ਹੈ ਨਾ ਆਪਣੇ ਦਸ ਨੋਹਾਂ ਦੀ ਕਮਾਈ ਕਰਕੇ ਖਾਣੀ ਨਹੀਂ ਹੈਗੀ ਬਸ ਫਰੀ ਦਾ ਭਾਲਦੇ ਨੇ ਹੈ ਨਾ ਤੇ ਫਿਰ ਤੁਸੀਂ ਵੀ ਆਪਣਾ ਨਾ ਧਿਆਨ ਰੱਖਿਆ ਕਰੋ ਤੇ ਬਸ ਕਿਸੇ ਦਾ ਕੁਝ ਵੀ ਪਤਾ ਨਹੀਂ ਹੈਗਾ ਹੈ ਨਾ ਆ ਕਰਕੇ ਤੇ ਚਲੋ ਜੀ ਫਰੈਂਡ ਹੁਣ ਇੱਥੇ ਮੰਮੀ ਆ ਗਈ ਸੀਗੇ ਮੈਂ ਮੰਮੀ ਨੂੰ ਥੋੜੀ देर ਬਿਠਾ ਆ ਕੇ ਮੈਂ ਕਿਹਾ ਚਲੋ ਮੈਂ ਮੰਮੀ ਮੈਂ ਸ਼ਾਨ ਨੂੰ ਲੈ ਆਵਾਂਗੀ ਤੇ ਨਾਲੇ ਸ਼ਾਨ ਨੂੰ ਮੰਮੀ ਨਾਲ ਲੈ ਜੂਗੀ ਫੇ ਫਿਰ ਮੇਰੀ ਚਲੋ 셔ਟ ਹੈ ਨਾ ਚਲੋ ਛੇਤੀ ਬਣ ਜੂਗੀ ਨਹੀਂ ਤਾਂ ਮੈਨੂੰ ਫਿਰ ਮੈਨੂੰ ਕਾਰ ਨਹੀਂ ਦੇਣਾ ਹੈਗਾ ਤੇ ਫਰੈਂਡ ਹੁਣ ਆਪਾਂ ਕਰਦੇ ਆਂਡ ਓਕੇ ਟਾਟਾ ਬਾਏ ਬਾਏ ਆਪਾਂ ਕੱਲੂ ਫੇਰ ਮਿਲਾਂਗੇ ਨੈਕਸਟ ਵੀਡੀਓ ਦੇ ਵਿੱਚ